ਤਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਖਬਰ ਤੇ ਉਸ ਤੋਂ ਬਾਅਦ ਇੱਕ ਦੂਸਰੀ ਵੱਡੀ ਖਬਰ ਦੋਨਾਂ ਖਬਰਾਂ ਤੇ ਗੱਲ ਕਰਾਂਗੇ ਪਹਿਲੀ ਖਬਰ ਪੰਜਾਬੀ ਦੇ ਦੋ ਮਸ਼ਹੂਰ ਸਿੰਗਰ ਗਾਇਕ ਬੜਾ ਨਾਕ ਮਾਇਆ ਬੜਾ ਕੰਮ ਕੀਤਾ ਲੋਕਾਂ ਦੇ ਦਿਲਾਂ ਜਗਾ ਬਣਾਈ ਪਰ ਸ਼ਾਇਦ ਇਨਕਮ ਟੈਕਸ ਨੂੰ ਸੰਭਾਲ ਨਹੀਂ ਸਕੇ ਕਿਤੇ ਨਾ ਕਿਤੇ ਗੜਬੜੀਆਂ ਹੋ ਗਈਆਂ ਤੇ ਕੱਲ ਸਵੇਰ ਤੋਂ ਗਏ ਕੱਲ ਸਵੇਰ ਤੋਂ ਦੋਨਾਂ ਦੇ ਘਰਾਂ ਤੇ ਹੌਲਟ ਕਾੜਿਆ ਤੇ ਸੈਂਕੜੇ ਇਨਕਮ ਟੈਕਸ ਸਰਕਾਰੀ ਖੋਜ ਪੜਤਾਲ ਕਰ ਰਿਹਾ ਔਰ ਅਜੇ ਤੱਕ ਜਦੋਂ ਅਸੀਂ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਕੁਝ ਦਿਨ ਪਹਿਲਾਂ ਤੱਕ ਦੋਨਾਂ ਦੇ ਘਰਾਂ ਵਿੱਚ ਨੋਟਾਂ ਦੀ ਗਿਣਤੀ ਜਾਰੀ ਸੀ ਲੇਕਨ ਜਿਵੇਂ ਇਲੈਕਸ਼ਨਾਂ ਚਾਪਾ ਕਹਿੰਦੇ ਹੈ ਸ਼ੁਰੂਆਤੀ ਰੋਜ਼ਾਨ ਜੋ ਸ਼ੁਰੂਆਤੀ ਖਬਰਾਂ ਆ ਰਹੀਆਂ ਅਜੇ ਕਾਊਂਟਿੰਗ ਜਾਰੀ ਹੈ ਪੰਚਨਾਮਾ ਹੋਣਾ ਹੈ ਬਹੁਤ ਕੁਝ ਮਿਲਿਆ ਬੜੀਆਂ ਲਿਸਟਾਂ ਬਣ ਰਹੀਆਂ ਔਰ ਇਹ ਮਾਮਲਾ ਸ਼ਾਇਦ ਕੱਲ ਸਵੇਰ ਦੇ 10 11 ਵਜੇ ਤੱਕ ਤੱਲੇ ਕਾ ਇਹ ਇਨਕੰਟੈਕਟਡ ਸੋਰਸਸ ਨੇ ਇਹ ਤਾਂ ਪੰਜਾਬ ਨੂੰ ਦੱਸਿਆ ਅਜੇ ਤੱਕ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਰਹੀਏ ਕਿ ਰਣਜੀਤ ਬਾਵਾ ਦੇ ਘਰੋਂ ਮਹਾਲੀ ਵਾਲੀ ਕੋਠੀ ਸੈਕਟਰ 69 69 ਸੈਕਟਰ ਚ 1553 ਨੰਬਰ ਕੋਠੀ ਉਹਦੇ ਚੋਂ ਅਜੇ ਤੱਕ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ 2 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੈਸ਼ ਬਰਾਮਦ ਕਰ ਲਿਆ ਗਿਆ ਹੈ ਦੇਖਿਆ ਜਾਂਦਾ ਹੈ ਤੇ ਕੋ ਬਹੁਤ ਹੀ ਵੱਡੀ ਰਕਮ ਨਹੀਂ ਹੈ ਪਰ ਜੋ ਸੀਰੀਅਸ ਗੱਲ ਸਾਹਮਣੇ ਆ ਰਹੀ ਹੈ ਇਹਨਾਂ ਸੋਰਸਸ ਨੇ ਦੱਸੀ ਉਹ 2 ਕਰੋੜ ਤੋਂ ਵੀ ਜ਼ਿਆਦਾ ਅਹਿਮ ਹੈ ਰਣਜੀਤ ਬਾਵਾ ਔਰ ਕਮਰ ਕਰੇਵਾਲ ਦੋਨਾਂ ਨੇ ਨਕਲੀ ਅਕਾਊਂਟਸ ਬੁੱਕ ਬਣਾ ਕੇ ਰੱਖੀਆਂ ਹੋਈਆਂ ਸੀ ਔਰ ਉਹ ਨਕਲੀ ਜਿਹੜੀਆਂ ਜਿਹਨੂੰ ਅਸੀਂ ਬੁਕਸ ਆਫ ਅਕਾਊਂਟ ਕਹਿੰਦੇ ਆ ਜਿਨ੍ਹਾਂ 'ਚ ਤੁਸੀਂ ਆਪਣਾ ਆਮਦਨ ਖਰਚ ਦਾ ਖਾਤਾ ਲਿਖਿਆ ਹੁੰਦਾ ਹੈ ਜਿਹੜਾ ਤੁਹਾਡੇ ਤੁਹਾਡੇ ਬਿਹਾਫ ਤੇ ਤੁਹਾਡੇ ਡਾਕਟਰਡ ਅਕਾਊਂਟੈਂਟ ਸਰਟੀਫਾਈ ਕਰਦਾ ਔਰ 35 ਹੋਣ ਤੋਂ ਬਾਅਦ ਹਰ ਸਾਲ ਉਹਦੇ ਤੇ ਬੇਸ ਇਨਕਮ ਟੈਕਸ ਭਰਿਆ ਜਾਂਦਾ ਜਿਹੜਾ ਖਾਤਾ ਤੁਸੀਂ ਇਨਕਮ ਟੈਕਸ ਅਥਾਰਟੀ ਨੂੰ ਦਿਖਾਉਨੇ ਹੋ ਇਹਨਾਂ ਦੇ ਘਰੋਂ ਉਹ ਖਾਤਾ ਹੋਰ ਮਿਲਿਆ ਤੇ ਜਿਹੜਾ ਅਸਲੀ ਖਾਤਾ ਸੀ ਜਿਹੜਾ ਇਨਕਮ ਟੈਕਸ ਨੂੰ ਪੇਸ਼ ਨਹੀਂ ਕੀਤਾ ਗਿਆ ਚਾਰਟਰਡ ਅਕਾਊਂਟੈਂਟ ਦੀ ਮਦਦ ਨਾਲ ਅਸਲੀ ਆਮਦਨ ਖਰਚ ਦੇ ਖਾਤੇ ਛੁਪਾ ਕੇ ਰੱਖੇ ਗਏ ਸੀ ਜੋ ਇਨਕਮ ਟੈਕਸ ਨੂੰ ਮਿਲ ਗਏ ਨੇ ਹੁਣ ਹੋਰ ਕਰੋਨਾ ਦੀ ਚੋਰੀ ਫੜੀ ਜਾਏਗੀ ਉਹ 1 ਸਾਲ ਦੀ ਨਹੀਂ ਇਹ ਪਿਛਲੇ 3 ਸਾਲਾਂ ਦੇ ਰਿਕਾਰਡ ਇਨਕਮ ਟੈਕਸ ਨੇ ਖਾ ਗਾੜੇ ਨੇ ਬਹੁਤ ਵੱਡੀ ਇੱਕ ਤਰੀਕੇ ਨਾਲ ਰੇਡ ਹੈ ਕਈ ਲੋਕ ਇਹਨਾਂ ਨੂੰ ਦੂਸਰੇ ਪਾਸੇ ਨਾਲ ਜੋੜ ਕੇ ਵੀ ਦੇਖਦੇ ਨੇ ਇਸੇ ਤਰ੍ਹਾਂ ਕਮਰ ਕਰੇਵਾਲ ਉਸ ਦੇ ਘਰੇ ਅਜੇ ਵੀ ਰੇਡ ਚੱਲੂ ਹੈ ਔਰ ਜੋ ਅਮਾਉਂਟ ਮਿਲਿਆ ਹੈ ਉਹਦੀ ਵੀ ਕਾਊਂਟਿੰਗ ਚੱਲੂ ਹੈ ਉਦੇ ਘਰ ਵੀ ਇਹਦੇ ਪੰਚਨਾਮਾ ਕੰਪਲੀਟ ਨਹੀਂ ਹੋਇਆ ਘਰ ਤੇ ਇੱਕ ਹੋ ਟਿਕਾਣਾ ਕਮਰ ਗਰੇਵਾਲ ਦੇ ਦੋ ਟਿਕਾਣਿਆਂ ਤੇ ਕਾਰਵਾਈ ਹੋ ਰਹੀ ਹੈ ਔਰ ਰਣਜੀਤ ਬਾਵਾ ਦੇ ਘਰੇ ਦੇ ਚਾਰ ਟਿਕਾਣੇ ਹਤੇ ਬਟਾਲਾ ਦੇ ਨੇੜੇ ਉਹਦਾ ਪਿੰਡ ਮਹਾੜੀ ਦਾ ਇੱਕ ਆਫਿਸ ਮਹਾੜੀ ਦਾ ਇੱਕ ਘਰ ਕੋਠੀ ਜਿਹਦਾ ਨੰਬਰ ਮੈਂ ਤੁਹਾਨੂੰ ਦੱਸਿਆ ਔਰ ਉਸ ਤੇ ਮੈਨੇਜਰ ਪੀਏ ਕਹ ਲੋ ਮੈਨੇਜਰ ਕਹਿ ਲੋ ਸੈਕਟਰੀ ਕਹਿ ਲੋ ਇੱਕ ਉਹਦਾ ਕਰ ਤੋ ਛੇ ਠਿਕਾਣਿਆਂ ਤੇ ਸੈਂਕੜੋਂ ਇਨਕਮ ਟੈਕਸ ਮੁਲਾਜ਼ਮ ਆਪਣਾ ਕੰਮ ਕਰ ਰਹੇ ਨੇ ਕੱਲ ਸਵੇਰ ਤੋਂ ਔਰ ਕੱਲ ਸਵੇਰ ਜਾ ਕੇ ਸ਼ਾਇਦ ਇਹ ਖਤਮ ਹੋਏਗਾ 48 ਘੰਟੇ ਬਾਅਦ ਬਹੁਤ ਸਾਰੇ ਕਾਗਜ਼ਾਤ ਫੜੇ ਗਏ ਨੇ ਇਹਨਾਂ ਚੋਂ ਪ੍ਰਾਪਰਟੀ ਦੇ ਕਾਗਜ਼ ਤੁਹਾਨੂੰ ਸ਼ਾਇਦ ਪਤਾ ਹੋਊਗਾ ਸਾਰਿਆਂ ਨੂੰ ਅੱਜ ਤੋਂ ਤਕਰੀਬਨ 1 ਸਾਲ ਪਹਿਲਾਂ ਤੱਕ ਰਣਜੀਤ ਬਾਵਾ ਛੱਡੂ ਮਾਦਰਾ ਪਿੰਡ ਆ ਇੱਕ ਮੁੰਡੀ ਖਾਲੜ ਦੇ ਵਿੱਚ ਜਿੱਥੇ ਬਹੁਤ ਵੱਡੀ ਪੁਰਾਣੀ ਇੱਕ ਸੈਲੀਬ੍ਰਿਟੀ ਹਾਊਸਿੰਗ ਸੁਸਾਇਟੀ ਜਿਹਦਾ ਨਾਮ ਐਕਮੇ ਹਾਈਟਸ ਐਕਮੇ ਹਾਈਟ ਦੇ ਬਲਾਕ 1 ਵਿੱਚ ਕਾਫੀ ਸਾਲਾਂ ਤੋਂ ਉਹ ਨੀਰ ਬਾਵਾ ਰਹਿ ਰਿਹਾ ਸੀ ਇੱਕ ਸਾਲ ਪਹਿਲਾਂ ਇਹਨੇ ਆਪਣਾ ਉਹ ਫਲੈਟ ਵੇਚ ਕੇ ਕਿਰਾਏ ਤੇ ਜਾ ਕੇ ਰਹਿਣ ਲੱਗਾ ਸ਼ਾਇਦ ਕਿਹਾ ਜਾਂਦਾ ਕਿ ਹੋਮ ਲੈਂਡ ਡਿਪਾਰਟਮੈਂਟ ਕਿਉਂਕਿ ਇਹਦਾ ਆਪਣਾ ਬੰਗਲਾ 69 ਸੈਕਟਰ ਵਾਲਾ ਤਿਆਰ ਹੋ ਰਿਹਾ ਸੀ कोठी बहुत आलीशान बनाई है बढ़िया हाई एंड कारा रखिया, अंदर जो गैजेट्स घर से लगाए गए ने बहुत महंगे लगाए गए हैं फर्नीचर बहुत महंगा लगाया गया और जड़ा कोठी की कॉस्ट जी है वो बहुत ज़्यादा कीमत न बनाई गई है लेकिन कागजा वो कीमत बहुत घट्ट शो की गई है शायद इस करके वह निगाह आ गया और हैरानी की गल है कि पिछले दो साल ਜਦੋਂ ਦੇਸ਼ ਭਰ ਵਿੱਚ ਪੂਰਾ ਬਿਜ਼ਨਸ ਕਰੋਨਾ ਦੀ ਮਾਰ ਨਾਲ ਤੜਪ ਰਿਆ ਸੀ ਕੰਮਕਾਰ ਨਹੀਂ ਸੀ ਦੰਦੇ ਮੰ ਉਹਨਾਂ ਦੇ ਨਾਲ ਵਿੱਚ ਵੀ ਇਹ ਸਿੰਗਰ ਨੇ ਆਮਦਨ ਦਿਖਾਈ ਹੈ ਔਰ ਇਹ ਇਨਕਮ ਟੈਕਸਰ ਉਦੋਂ ਸ਼ੱਕ ਹੋਇਆ ਕਿ ਜਦੋਂ ਕਿਸੇ ਕੋਲ ਕੋਈ ਕੰਮ ਨਹੀਂ ਸੀ ਇਹਦੀ ਆਮਦਨ ਕਿੱਥੋਂ ਹੋਈ ਹੋਈ ਵੀ ਹੋਏਗੀ ਸ਼ੋਅ ਕਰਦਾ ਸੀ ਪਰ ਹੁਣ ਜਦੋਂ ਇਨਕਮ ਟੈਕਸ ਦੀ ਰੇਡ ਹੋਈ ਹੈ ਤਾਂ ਉਹਦੇ ਕੋਈ ਨਾ ਕੋਈ ਕਾਰਨ ਜ਼ਰੂਰ ਹੋਣਗੇ ਸਭ ਤੋਂ ਵੱਡਾ ਕਾਰਨ ਜੋ ਬਹੁਤ ਸੀਰੀਅਸ ਆਫੈਂਸ ਹੈ ਨਕਲੀ ਬੁੱਕ ਆਫ ਅਕਾਉਂਟਸ ਬਣਾਉਣਾ ਸ਼ਾਇਦ ਇਹ ਚਾਰ ਚਾਰਟਰਡ ਅਕਾਊਟੈਂਟਸ ਤੇ ਵੀ ਐਕਸ਼ਨ ਹੋ ਸਕਦਾ ਹੈ ਇਹੋ ਜੀ ਅਸ਼ੰਕਾ ਅਧਿਕਾਰੀਆਂ ਨੇ ਚਿਤਾਈ ਹੈ ਦੇਖੋ ਆਤੀਦੇ ਦਿਨ ਵਿੱਚ ਇਨਕਮ ਟੈਕ ਦਾ ਮੰਨਣਾ ਹੈ ਕਿ ਰਣਜੀਤ ਬਾਵਾ तकरीबन ਸਭ ਤੋਂ ਜ਼ਿਆਦਾ ਬਿਜ਼ੀ ਸਿੰਗਿੰਗ 스타ਰ ਕਿਹਾ ਜਾਂਦਾ ਹੈ ਇੱਕ ਦਿਨ ਚ 2-2 ਸ਼ੋਅ ਵੀ ਲੱਗਦੇ ਆ ਆ ਪਿਛਲੇ ਕੁਝ ਦਿਨਾਂ ਤੋਂ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋਇਆ ਮੈਰਿਜ ਸੀਜ਼ਨ ਇੱਕ ਇੱਕ ਦਿਨ ਚ 2-2 ਪ੍ਰੋਗਰਾਮ ਕਰਦਾ ਸੀ ਸਵੇਰੇ ਇੱਕ ਪ੍ਰੋਗਰਾਮ ਕਰਨਾ ਰਾਤ ਨੂੰ ਕਿਤੇ ਦੂਸਰੀ ਸ਼ਾਦੀ ਵਿਆਹ ਪ੍ਰੋਗਰਾਮ ਕਰਨਾ ਇਸੇ ਤਰ੍ਹਾਂ ਹੋਰ ਜਿਹੜੇ ਕੰਸਰਟਸ ਹੁੰਦੇ ਆ ਉਹ ਉਹਨੇ ਕੀਤੇ ਦੂਸਰੀ ਤਰਫ ਕਮਰ ਕਰੇ ਬਾਗ ਪਿਛਲੇ ਦਿਨੀ ਅਮਰੀਕਾ ਦਾ ਟੂਰ ਲਾ ਕੇ ਵਾਪਸ ਆਇਆ ਇਨਕਮ ਟੈਕਸ ਨੂੰ ਉਹ ਵੀ ਹਿਸਾਬ ਮਿਲਿਆ ਕਿੰਨੇ ਨੇ ਪੈਸੇ ਕਮਾਏ ਤੇ ਕਿੰਨੇ ਅਸਲ ਵਿੱਚ ਖਾਤੇ 'ਚ ਸ਼ੋਅ ਕੀਤੇ ਨੇ ਸੋ ਇਹ ਗੱਲਾਂ ਜਿਆਦਾ ਦਿਨ ਚੁੱਪੀਆਂ ਨਹੀਂ ਰਹਿੰਦੀਆਂ ਹੁਣ ਮੈਂ ਦੂਸਰੀ ਗੱਲ ਦੀ ਗੱਲ ਕਰਦਾ ਜਿਹੜੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿਉਂਕਿ ਇਹ ਦੋਨਾਂ ਸਿੰਗਰਾਂ ਨੇ ਕਿਸਾਨ ਮੋਰਚੇ ਵੇਲੇ ਸ਼ੰਭੂ ਮਾਰਡਰ ਤੇ ਔਰ ਦੂਸਰੀਆਂ ਥਾਵਾਂ ਤੇ ਕਿਸਾਨਾਂ ਦੀ ਮਦਦ ਵਿੱਚ ਗੀਤ ਗਾਏ ਸੀ ਕਿਸਾਨ ਮੂਵਮੈਂਟ ਦੀ ਮਦਦ ਕੀਤੀ ਸੀ ਉਹਦੇ ਨਾਲ ਜੁੜ ਕੇ ਖੜੇ ਹੋਏ ਸੀ ਕਈ ਕਈ ਦਿਨ ਲਗਾਤਾਰ ਉਤੇ ਕਿਸਾਨ ਆਦਾ ਦਿਨ ਢੇਲ ਪਰਚਾਉਂਦੇ ਰਹੇ ਕਿਸਾਨਾਂ ਦੀ ਗੱਲ ਕੀਤੀ ਲੇਕਿਨ ਉਹਨਾਂ ਦੇ ਤੇਰੀ ਸ਼ਰਧਾਲੂ ਨੇ ਉਹਨਾਂ ਦੇ ਜਿਹੜੇ ਚਾਹਵਾਨ ਨੇ ਫੈਨਸ ਨੇ ਉਹਨਾਂ ਦਾ ਇਹ ਕਹਾਣਾ ਕਿ ਕੇਂਦਰ ਦੀ ਸਰਕਾਰ ਇਹਨਾਂ ਦੋਨਾਂ ਸਿੰਗਰਸ ਤੋਂ ਕਿਸਾਨ ਮੂਵਮੈਂਟ ਵੇਲੇ ਕਿਸਾਨ ਮੋਰਚੇ ਵੇਲੇ ਜੋ ਇਹਨਾਂ ਨੇ ਬਦਦਤ ਕੀਤੀ ਉਹਦਾ ਬਦਲਾ ਲੈ ਰਹੀ ਹੈ ਲੇਕਿਨ ਜਦੋਂ ਇੰਨੀ ਭਾਰੀ ਮਾਤਰਾ ਵਿੱਚ ਕੈਸ਼ ਤੋਂ ਮਿਲੇ ਪ੍ਰਾਪਰਟੀਆਂ ਦਾ ਖਰਚਾ ਕੱਟ ਕਰਕੇ ਦੱਸਣਾ ਔਰ ਹਾਈ ਐਂਡ ਕਾਰਾਂ ਮਹਿੰਗੀਆਂ ਮਹਿੰਗੀਆਂ ਕਾਰਾਂ ਖਰੀਦੀਆਂ ਗਈਆਂ ਇੱਕ ਕਾਰ ਸ਼ਾਇਦ ਰਣਜੀਤ ਬਾਵਾ ਨੇ ਬਹੁਤ ਮਹਿੰਗੇ ਭਾਅ ਤੇ 10 15 ਦਿਨ ਪਹਿਲਾਂ ਹੀ ਖਰੀਦੀ ਹੈ ਤਾਂ ਦੋਸਤੋ ਕਿਤੇ ਨਾ ਕਿਤੇ ਇਹ ਸ਼ੋਅ ਆਫ ਕਰਨਾ ਵੀ ਮਹੰਗਾ ਪੈ ਜਾਂਦਾ ਹੈ ਦੂਸਰੇ ਪਾਸੇ ਆਪਾਂ ਪਰ ショਓ ਆਪਦੀ ਗੱਲ ਵੀ ਕਰੀਏ ਤੇ ਚ ਕੰਟਰਾਸਟ ਹੈ ਇੱਕਦਮ ਅੰਦਾ ਇੱਕ ਬੜੀ ਛੁਪੀ ਹੋਈ ਗੱਲ ਹੈ ਕਮਰ ਗਰੇਵਾਲ ਦੇਖਣ ਨੂੰ ਬਹੁਤ ਸਿੱਧਾ ਸਦਾ ਲੱਗਦਾ ਕੋਈ ਫਲੈਸ਼ੀ ਸਟਾਈਲ ਨਹੀਂ ਕੋਈ ਸ਼ੋ ਆਫ ਨਹੀਂ ਕਰਦਾ ਲੇਕਿਨ ਉਹਦੇ ਘਰ ਵੀ ਰੇਡ ਹੋ ਗਈ ਉਹਦੇ ਘਰ ਵੀ ਇਹ ਕਨਫਰਮ ਨਿਊਜ਼ ਦਿੱਤੀ ਹੈ ਕੰਟਰਾਕਟਸ ਵਾਲਿਆਂ ਨੇ ਕਿ ਉਹਦੇ ਘਰੋਂ ਵੀ ਡੁਪਲੀਕੇਟ ਬੋਕਸ ਆਫ ਅਕਾਊਂਟ ਮਿਲੀਆਂ ਇਨਾ ਮਤਲਬ ਕਿਤੇ ਨਾ ਕਿਤੇ ਉਹਨੇ ਵੀ ਆਪਣੀ ਅਸਲੀ ਆਮਦਨ ਛੁਪਾਈ ਉਹ ਟੈਕਸ ਭਰਨ ਵੇਲੇ ਨਕਲੀ ਕਾਗਜ਼ਾਤ ਤਿਆਰ ਕੀਤੇ ਤੋ ਇਹ ਇੱਕ ਬੜਾ ਵੱਡਾ ਵਿਸ਼ਾ ਹੈ ਅਸੀਂ ਭਾਵਕ ਹੋ ਕੇ ਸੋਚ ਲੈਂਦੇ ਆ ਕਿ ਸ਼ਾਇਦ ਇਹ ਬਦਲੇ ਦੀ ਕਾਰਵਾਈ ਹੈ ਲੇਕਿਨ ਜਦੋਂ ਅਥਾਰਟੀਜ਼ ਕੰਮ ਕਰਦੀਆਂ ਤਾਂ ਬੜਾ ਦੂਰ ਤੱਕ ਸੋਚ ਸਮਝ ਕੇ ਕਰਦੀਆਂ ਤੁਸੀਂ ਦੇਖੋ ਕਿ ਅਗਰ ਕੋਈ ਮਾਮੂਲੀ ਗੱਲ ਹੁੰਦੀ ਤਾਂ ਉਹਨੂੰ 48 ਘੰਟੇ ਨਹੀਂ ਸੀ ਲੱਗੜਾ ਉਹ 8-10 ਘੰਟੇ ਹਜ਼ ਨਾਰਮਲੀ ਇਨਕੰਟਰੈਕਟ ਦੀ ਰੇਟ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਹ ਘਰ ਦੀ ਤਲਾਸ਼ੀ ਲੈਂਦੇ ਆਲ ਮਾਰੀਆਂ ਖੋਲਣਗੇ ਤੁਹਾਡੇ ਮੱਝੇ ਬਿਸਤਰੇ ਰਜਾਈਆਂ ਦੀ ਤਲਾਸ਼ੀ ਲੈਣਗੇ ਕਿਚਨ ਦੇ ਤਾਂ ਦੇ ਛੁਪੇ ਹੋਏ ਕੋਈ ਤੁਸੀਂ ਕੋ ਬੰਕਰ ਬਣਾਏ ਨੇ ਜਗ ਪੈਸਾ ਚਪਾਉਣ ਦੇ ਕੋਈ ਕੰਧਾਂ ਚ ਕੋਈ ਮੋਰੀਆਂ ਕਰਕੇ ਨੋਟ ਲਗਾਏ ਉਹ ਸਾਰੀਆਂ ਲੱਭ ਲੈਂਦੇ ਨੇ ਆਪਣੇ ਤਰੀਕੇ ਨਾਲ ਲੇਕਿਨ ਇੰਨਾ ਲੰਬਾ ਸਮਾਂ ਰੇਡ ਨਹੀਂ ਚੱਲਦੀ ਅੱਗੇ ਇਸ ਤੋਂ ਇਸ ਕੱਲ ਦਾ ਖੁਲਾਸਾ ਨਹੀਂ ਹੋਇਆ ਕਿ ਉਹਨਾਂ ਕੋਲ ਕਿੰਨੀ ਕ ਜੇਵਰਾਤ ਵਗੈਰਾ ਇਹ ਤਾਂ ਸੋਨਾ ਆਮ ਤੌਰ ਤੇ ਜਦੋਂ ਵੀ ਉਕਨਤੀ ਰੇਟ ਹੁੰਦੀ ਹੈ ਵੱਡੀ ਗਿਣਤੀ ਚ ਸੋਨਾ ਜਾਂ ਸੋਨੇ ਦੇ ਗਹਿਣੇ ਜ਼ਰੂਰ ਮਿਲਦੇ ਡਾਇਮੰਡਸ ਮਿਲਦੇ ਨੇ ਅਕਸਰ ਤੇ ਔਰ ਪ੍ਰਾਪਰਟੀ ਦੇ ਕਾਗਜ਼ਾਤ ਇਹ ਤੋਂ ਉਹ ਸਾਰਾ ਕੁਝ ਮਿਲਦਾ ਕੀ ਅਸਹਾਰ ਨੇ ਉਹ ਕੱਲ ਸਵੇਰੇ ਜਦੋਂ ਪੰਚਨਾਮੇ ਤਿਆਰ ਹੋਣਗੇ ਇੱਕ 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 ਚੀਜ਼ ਦਾ ਮੈਂਸ਼ਨ ਪੰਚਨਾਮੇ 'ਚ ਹੁੰਦਾ ਇਨਕੰਟਰੈਕਟਰੀ ਰੇਟ ਜੇ ਤੁਹਾਨੂੰ ਇੱਕ ਚਾਂਦੀ ਦਾ ਚੰਚਾ ਵੀ ਮਿਲ ਗਿਆ ਜਿਹੜਾ ਕੁਝ ਰੁਪਈਆ ਦਾ ਹੋਊਗਾ 500 ਰੁਪਏ ਦਾ 800 ਰੁਪਏ ਦਾ 400 ਰੁਪਏ ਦਾ ਵੀ ਹੋ ਸਕਦਾ ਉਹਦਾ ਵੀ ਮੈਂਸ਼ਨ ਕੀਤਾ ਜਾਂਦਾ ਕਿ ਚਾਂਦੀ ਦਾ ਚੰਚਾ ਮਿਲਿਆ ਉਹ ਲਿਖਿਆ ਜਾਂਦਾ ਪੰਚਨਾਮੇ 'ਚ ਤੋਂ ਇਹ ਬੜਾ ਲੰਬੀ ਪ੍ਰੋਸੀਜਰ ਹੁੰਦਾ ਇਸ ਕਰਕੇ ਇੰਨੀ ਦੇਰ ਲੱਗ ਰਹੀ ਹੈ ਤੁਸੀਂ ਅੰਦਾਜ਼ਾ ਲਗਾ ਲਓ ਨੋਟ ਗਿਣਣ ਤੇ ਥੇਰ ਨਹੀਂ ਲੱਗਦੀ ਮਸ਼ੀਨਾਂ ਹੁੰਦੀਆਂ ਕੁਝ ਪੜਾ ਪੜ 2 ਕਰੋੜ ਰੁਪਇਆ ਗਿਣਣ ਚ 2 ਦਿਨ ਨਹੀਂ ਲੱਗਦੇ ਹੋਰ ਬਹੁਤ ਕੁਝ ਮਿਲਿਆ ਹੋਊਗਾ ਜਿਹਨੂੰ ਡਿਟੇਲਸ ਦੇ ਵਿੱਚ ਮੈਂਸ਼ਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਸਾਰੀਆਂ ਲਿਸਟਾਂ ਬਣ ਗਈਆਂ ਉਹ ਜਿਨ੍ਹਾਂ ਨੇ ਕਾਗਜ਼ਾਤ ਮਿਲੇ ਪਨਾਚਲ ਡੀਜ਼ ਮਿਲੀਆਂ ਚੈੱਕ ਇਸ਼ੂ ਕੀਤੇ ਚੈੱਕ ਰਸੀਬ ਕੀਤੇ ਬੈਂਕਾਂ ਦੇ ਖਾਤੇ ਇੱਕ ਬੈਂਕ ਦੇ ਖਾਤੇ ਇੱਕ ਕਈਆਂ ਦੇ ਖਾਤੇ ਨੇ ਬਹੁਤ ਲੰਬਾ ਚੌੜਾ ਪ੍ਰੋਸੀਜਰ ਹੁੰਦਾ ਇਹ ਟਾਈਮ ਇਸ ਕਰਕੇ ਲੱਗਦਾ ਲੇਕਿਨ ਇਹ ਗੱਲ ਪੂਰੀ ਕਨਫਰਮ ਹੈ ਕਿ ਰਣਜੀਤ ਬਾਵਾ ਦੇ ਘਰੋਂ ਅਜੇ ਤੱਕ ਜੋ ਕੈਸ਼ ਕਾਊਂਟ ਕੀਤਾ ਗਿਆ ਹੈ ਉਹ 2 ਕਰੋੜ ਤੋਂ ਜ਼ਿਆਦਾ ਹੋ ਚੁੱਕਾ ਹੈ ਔਰ ਕਿੰਨਾ ਕੁ ਜੇ ਅਕਾਊਂਟ ਕਰਨਾ ਬਾਕੀ ਆ ਜਾਂ ਲੱਭਣਾ ਬਾਕੀ ਹੈ ਉਹ ਕੱਲ ਸਵੇਰ ਤੱਕ ਪਤਾ ਲੱਗੇਗਾ ਕੱਲ ਦੇ ਐਪੀਸੋਡ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗਾ ਸੋ ਇਹ ਬਹੁਤ ਵੱਡੀ ਖਬਰ ਪੰਜਾਬ ਦੇ ਸਿੰਗਰਜ਼ ਲਈ ਹੈ ਆਪਣਾ ਲਾਈਫ ਸਟਾਈਲ ਜਿਸ ਕੇ ਸੰਦਾ ਬਣਾ ਲੈਂਦੇ ਨੇ ਸ਼ਾਇਦ ਇਸ ਕਰਕੇ ਨਜ਼ਰਾਂ ਚ ਆ ਜਾਂਦੇ ਆ ਤੇ ਜਾਂ ਜਿਹੜੇ ਨਏ ਵੀ ਬਣਾਉਂਦੇ ਉਹ ਵੀ ਨਜ਼ਰਾਂ ਚ ਆ ਜਾਂਦੇ ਆ ਕਾਨੂੰਨ ਦੀਆਂ ਨਜ਼ਰਾਂ ਚੋਂ ਬਚਣਾ ਬਹੁਤ ਔਖਾ ਹੁੰਦਾ ਦੂਸਰੀ ਵੱਡੀ ਖਬਰ ਅੱਜ ਦੀ ਕੱਲ ਦੀ ਖਬਰ ਅਸਲ ਚ ਅੱਜ ਆਇਆ ਹੋਈ ਗੁਰਦਾਸ ਬਟਾਲਾ ਜ਼ਿਲ੍ਹੇ ਚ ਇੱਕ ਪੈਟਰੋਲ ਪੰਪ ਤੇ ਥੋੜੇ ਦਿਨ ਪਹਿਲਾਂ ਚੋਰੀ ਦੀ ਵਾਰਦਾਤ ਹੁੰਦੀ। ਇੱਕ ਚੋਰ ਜਿਹਨੂੰ ਸ਼ਰਾਬ ਪੀਣ ਦੀ ਲਤ ਸੀ। ਉਹ ਰਾਤ ਨੂੰ ਆਪਣਾ ਸ਼ਰਾਬ ਪੀਣ ਲਈ ਛੋਟੀ ਮੋਟੀਆਂ ਚੋਰੀਆਂ ਕਰਦਾ ਇਧਰੋਂ ਉਧਰੋਂ। ਉਤੋਂ ਚੋਰੀ ਕਰਕੇ ਉਹ तकरीबन ਉਹ ਲੋਹਾ, ਪਿੱਤਲ ਵਗਾਰਾ ਇਹ ਕਿਸਮ ਦੇ ਟੀਟਾ ਚੋਰੀ ਕਰਦਾ ਸੀ ਜਿਹੜੀਆਂ ਆਰਾਮ ਨਾਲ ਕਬਾੜੀਆਂ ਕੋਲੇ ਵਿਕ ਜਾਂਦੀਆਂ ਸੀ। ਉਤੋਂ ਥੋੜੇ ਜਿਹੇ ਪੈਸੇ ਲੈ ਕੇ ਉਹ ਆਪਣੀ ਦਾਰੂ ਪੀ ਕੇ ਸੌਂ ਜਾਂਦਾ। ਇਹ ਬਹੁਤ ਵੱਡਾ ਸ਼ਾਤਰ ਚੋਰ ਨਈ ਸੀ 13 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਉਹਦੇ ਖਿਲਾਫ ਕਾਧੀਆਂ ਗੁਰਦਾਸਪੁਰ ਬਟਾਰਾ ਇਸ ਇਲਾਕਿਆਂ ਤੇ ਦਰਦ ਸੀ ਲੇਕਿਨ ਇੱਕ ਚੋਰੀਓ ਨੇ ਉਹੋ ਜੀ ਕਰ ਲਈ ਜਿਨੇ ਪੁਲਿਸ ਦੀ ਨੀਂਦ ਹਰਾਮ ਕਰ ਦਿੱਤੀ ਉਸ ਆਦਮੀ ਨੇ ਇੱਕ ਰਾਤ ਨੂੰ ਜਦੋਂ ਪੈਟਰੋਲ ਪੰਪ ਤੇ ਸਾਰੇ ਮੁਲਾਜ਼ਮ ਸੁੱਤੇ ਹੋਏ ਸੀ ਜਿਹਨਾਂ ਆਪਾਂ ਸਰਵਿਸ ਸਟੇਸ਼ਨ ਕਹਨੇ ਆ ਉਹਦੇ ਚੋਂ ਨੇ ਚੋਰੀ ਕਰਨ ਦੀ ਵਾਰਦਾਤ ਕੀਤੀ ਸਭ ਤੋਂ ਪਹਿਲਾਂ ਹਨੇਰੇ 'ਚ ਜਿਹੜੀ ਜਿਹਦੇ ਹੱਥ ਲੱਗੀ ਉਹ ਕਵਰ ਕੀਤੀ ਹੋਈ ਸੀ ਉਹ ਥੋੜੀ ਜਿਹੀ ਭਾਰੀ ਸੀ ਉਹਨੂੰ ਲੱਗਿਆ ਵੀ ਕਿਤੇ ਲੋਹੇ ਦਾ ਹੈ ਦੀ ਕੋਈ ਚੀਜ਼ ਹੈ ਕੋਈ ਮੂਰਤੀ ਆ ਜਾਂ ਕੋਈ ਹੋਰ ਚੀਜ਼ ਆ ਉਹ ਚੱਕ ਕੇ ਘਰ ਬੋਹ ਜਾਂਦਾ ਜਦੋਂ ਘਰ ਜਾ ਕੇ ਉਹਨੂੰ ਖੋਲਦਾ ਤੇ ਉਹਦੇ ਚੋਂ ਇੱਕ AK-47 ਅਸਾルト ਰਾਈਫਲ ਨਿਕਲਦੀ 47 ਨਹੀਂ ਯਾਦ ਰੱਖੋ AK 56 47 ਤੋਂ ਕਿਤੇ ਜ਼ਿਆਦਾ ਘਾਤਕ ਹਥਿਆਰ ਹੈ ਇਹ ਉਹ 56 ਰਾਈਫਲ ਦਾ ਜਿਹੜੀਆਂ 1993 ਵਿੱਚ ਮੁੰਬਈ ਦੇ ਹਮਲਿਆਂ ਤੇ ਇਸਤੇਮਾਲ ਕੀਤੀਆਂ ਗਈਆਂ ਸੀ ਮਗਾਈਆਂ ਗਈਆਂ ਸੀ ਇਸਤੇਮਾਲ ਕਰਨ ਦਾ ਮੌਕਾ ਨਹੀਂ ਸੀ ਮਿਲਿਆ ਉਹ ਫੜੀਆਂ ਗਈਆਂ ਬੜਾ ਬੜਾ ਘਾਤਕ ਹਥਿਆਰ ਹੈ ਉਹ ਗਨ ਇਸ ਇਹਨੂੰ ਹੁਣ ਪਤਾ ਨਹੀਂ ਸੀ ਚੋਰ ਨੇ ਥੋੜਾ ਚੋਰ ਸੀ ਉਹ ਕਬਰ ਆ ਗਿਆ ਕਿ ਬੰਦੂਕ ਮੇਰੇ ਹੱਥ ਕਿਥੋਂ ਲੱਗੀ ਉਹਨੇ ਨੇੜੇ ਤੇੜੇ ਕਿਤੇ ਦੂਸਰੀ ਜਗ੍ਹਾ ਤੇ ਉਹ ਛੁਪਾ ਕੇ ਰੱਖਤੀ ਔਰ ਆਪਣੀ ਚੋਰੀਆਂ ਚਾਰੀਆਂ ਫੇਰ ਕਰਨ ਲੱਗ ਗਿਆ ਆਪਣੀ दारू ਪੀਣ ਦੇ ਚੱਕਰ ਚ ਪਰਸੋਂ ਰਾਤ ਉਹਨੂੰ ਫੜਿਆ ਜਾਂਦਾ ਚੋਰੀ ਦੇ ਹੋਰ ਕੀ ਕੱਲ ਸਵੇਰੇ ਇੰਟਰੋਗੇਸ਼ਨ ਤੋਂ ਬਾਅਦ ਉਹ ਦੱਸਦਾ ਕਿ ਉਹ ਪ੍ਰੋਕਰਾਉਲ ਪੌਂਪ ਤੇ ਚੋਰੀ ਵੀ ਮੈਂ ਕੀਤੀ ਚ ਉਤੋਂ ਇੱਕ ਬੰਦੂਕ ਬਲੀਜ਼ ਮੈਂ ਲੁਕੋ ਕੇ ਰੱਖੀ ਹੋਈ ਹੈ ਪੁਲੀਤ ਵਾਲੇ ਉਹਨੇ ਨਿਸ਼ਾਨਦੇਹੀ ਤੇ ਉਹ ਵੈਪਨ ਰਿਕਵਰ ਕਰਦੇ ਜਦੋਂ ਖੋਲ ਕੇ ਦੇਖਦਿਆ ਤੇ ਹੋਸ਼ ਛੁੱਟ ਜਾਂਦੀ ਐ AK56 ਨਾਲ ਲੈ ਕੇ ਉਸੇ ਸਰਕਸਟੇਸ਼ਨ ਤੇ ਆਉਂਦੇ ਆ ਸਰਕਸਟੇਸ਼ਨ ਦੇ ਮਾਲਕ ਨੂੰ ਬੁਲਾਇਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਐ ਉਹਨੇ ਬੜਾ ਅਜੀਬ ਜਵਾਬ ਦਿੱਤਾ ਜੋ ਗਨ ਮਿਲਣ ਤੋਂ ਵੀ ਜ਼ਿਆਦਾ ਚਕਾਉ ਦੇਣਾ ਵਾਲਾ ਸੀ ਚਕਾਉਣ ਵਾਲਾ ਉਹਨੇ ਕਿਹਾ ਕਿ ਬੰਦੂਕ ਮੈਨੂੰ ਪੰਜਾਬ ਪੁਲਿਸ ਦੇ ਇੱਕ ਅਫਸਰ ਨੇ ਦਿੱਤੀ ਥਾਣੇਦਾਰ ਨੇ ਦਿੱਤੀ ਜਦੋਂ ਪੁੱਛਿਆ ਗਿਆ ਥਾਣੇਦਾਰ ਕੌਣ ਹੈ ਕਿੱਥੇ ਹੈ ਤੇ ਉਹਨੇ ਦੱਸਿਆ ਉਹ ਕਿਸੇ ਕੇਸ ਦੇ ਚੱਕਰ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦਾ ਜੇਲ੍ਹ ਜਾਣ ਤੋਂ ਪਹਿਲਾਂ ਉਹ ਮੈਨੂੰ ਇਹ ਬੰਦੂਕ ਦੇ ਗਿਆ ਸੀ ਮੇਰਾ دوست ਸੀ ਪੁਰਾਣਾ ਤੇ ਇਹ ਨੂੰ ਸੰਭਾਲ ਕੇ ਰੱਖੀ ਮੈਂ ਵਾਪਸ ਆ ਕੇ ਤੇਰੇ ਕੋਲੋਂ ਲਾਉਂਗਾ ਹੁਣ ਤੁਸੀਂ ਇਹ ਦੇਖੋ ਪੁਲਿਸ ਨੇ ਉਸ ਚੋਰ ਨੂੰ ਔਰ ਉਸ ਹਰਸ ਟੇਸ਼ਨ ਦੇ ਮਾਲਕ ਨੂੰ ਹਰਾਤ ਚੜਾ ਲਿਆ ਔਰ ਅੱਜ ਉਸ ਇਨਸਪੈਕਟਰ ਜਿਹਦਾ ਨਾਮ ਜਿਹਨੇ ਆਪਣੀ ਉਹ AK-56 ਅਸਾਲਟ ਰਾਈਫਲ ਆਪਣੇ ਦੋਸਤ ਨੂੰ ਦਿੱਤੀ ਸੀ ਉਸ ਆदमी ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਪ੍ਰੋਬੈਸ਼ਨ ਵਾਰੰਟ ਤੇ ਬਾਹਰ ਲਿਆਂਦਾ ਉਹਦੀ ਪੁੱਛ ਕੇ ਜਾ ਰਹੀ ਹੈ ਹੁਣ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਉਹ ਸਭ ਉਹ ਇਨਸਪੈਕਟਰ ਸਾਹਮਣੇ ਇਨਸਪੈਕਟਰ ਅਜਾ ਕੋਣ ਹੈ ਇਹ ਜਿਹੋਦੇ ਅਹੁਦੇ ਦਾ ਬਰਾਬਰ ਪਤਾ ਨਹੀਂ ਲੱਗਿਆ ਔਰ ਬੜੀ ਪੁਲਿਸ ਬਹੁਤ ਛੁਪਾ ਛੁਪਾਈ ਕਰ ਰਹੀ ਹੈ ਦਿ ਪੂਰੀ ਗੱਲ ਬਰਾਬਰ ਦੱਸ ਨਹੀਂ ਰਹੀ ਐਸਐਸਪੀ ਬਟਾਲਾ ਗੁਰਦਾਸਪੁਰ ਜਿਹੜੇ ਜਾਣੂ ਨੇ ਉਹ ਵੀ ਕੁਝ ਕਹਿਣ ਤੋਂ ਕतरा ਰਹੇ ਨੇ ਸਿਰਫ ਇਹ ਕਹਿ ਕੇ ਰੁਕਾ ਦਿੰਦੇ ਕਿ ਜਾਂਚ ਜਾਰੀ ਹੈ ਇੱਕ ਉਸ ਇਨਸਪੈਕਟਰ ਦੇ ਹੱਥ ਵਿੱਚ AK 56 ਕਿੱਥੋਂ ਆਈ ਕੀ ਪੰਜਾਬ ਪੁਲਿਸ AK-56 ਦੇ ਇਸਤੇਮਾਲ ਕਰਦੀ ਹੈ ਉਹਨੂੰ ਇਸ਼ੂ ਕੀਤੀ ਗਈ ਸੀ ਉਹਦੀ ਡਿਊਟੀ ਕਰਨ ਲਈ ਜਾਂ ਉਹਨੇ ਕਿਤੋਂ ਫੜੀ ਔਰ ਛੋਹਣੀ ਕੀਤੀ ਇਹ ਮਹੌਂਦ ਦਾ ਸਵਾਲ ਹੈ ਮੇਰੀ ਗੱਲ ਕਾਤੀਆਂ ਤੋਂ ਜਿਹੜੇ ਐਮਐਲਏ ਨੇ ਔਰ ਲੀਡਰ ਆਫ ਦਾ ਆਪੋਜੀਸ਼ਨ ਨੇ ਪੰਜਾਬ ਅਸੈਂਬਲੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨਾਲ ਗੱਲ ਹੋਈ ਇਹ ਗੱਲ ਦਾ ਜ਼ਿਕਰ ਹੋਇਆ ਕਿ ਕੀ ਪੰਜਾਬ ਪੁਲਿਸ ਕੋਲੇ ਆਪਣੀ ਕੋਈ ਵੈਪਨਰੀ ਦੀ ਇਨਵੈਂਟਰੀ ਹੈ ਕਿ ਡੀਜੀ ਆਫਸ ਵਿੱਚ ਕੋਈ ਇਹੋ ਜੀ ਲਿਸਟ ਹੈ ਜਿਹਦੇ ਵਿੱਚੋਂ ਇਹ ਪਤਾ ਲੱਗੇ ਕਿ ਪੂਰੇ ਪੰਜਾਬ ਵਿੱਚ ਕਿੰਨੇ ਹਥਿਆਰ ਨੇ ਪੁਲਿਸ ਦੇ ਹੱਥ ਵਿੱਚ ਜਿਹੜੇ ਉਹਨਾਂ ਨੇ ਖਰੀਦੇ ਕਿੰਨੀਆਂ AK56 ਨੇ ਕਿੰਨੀਆਂ AK47 ਨੇ ਕਿੰਨੀਆਂ ਕਾਰਬਾਈਨ ਨੇ ਕਿੰਨੀਆਂ ਸੈਫ ਫਲੋਟਿੰਗ ਰਾਈਫਲ ਜਿਹਨੂੰ ਆਪਾਂ STLR ਕਹਿ ਦਿੰਦੇ ਆ ਉਹਨੇ ਕਿੰਨੀਆਂ ਪਿਸਟਲ ਕਿੰਨੇ ਰਵਾਲਵਰ ਕਿੰਨੀਆਂ ਪ੍ਰਾਣੀਆਂ 30 30 ਨੀਆਂ ਬਦੂਕਾਂ ਪਈਆਂ ਹੋਣੀਆਂ ਅੱਜ ਕਿਤੇ ਨਾ ਕਿਤੇ ਜਾਂ ਲੌਂਗ ਰੇਂਜ ਸ਼ਾਰਟ ਲੇਂ ਜਿਹੜੀਆਂ ਗੰਦੇ ਵਪਨਰੀਆਂ ਕੀ ਇਹਦਾ ਕੋਈ ਆਫੀਸ਼ੀਅਲੀ ਅਪਡੇਟਡ ਰਿਕਾਰਡ ਹੈਗਾ ਇਹ ਨਹੀਂ ਕਿ 20 ਸਾਲ ਪਹਿਲਾਂ ਕੋਈ ਲਿਸਟ ਬਣੀ ਸੀ ਉਹੀ ਚੱਲੀ ਜਾ ਰਹੀ ਹੈ ਜੀ ਕੀ ਇਹਨੂੰ ਪਰੀਓਰਟੀਕਲੀ ਸਮੇਂ-ਸਮੇਂ ਤੇ ਅਪਡੇਟ ਕੀਤਾ ਜਾਂਦਾ ਜਿਹੜੇ ਹਥਿਆਰ ਖਰਾਬ ਹੋ ਜਾਂਦੇ ਆ ਡੈਮੇਜ ਹੋ ਜਾਂਦੇ ਆ ਟੁੱਟ ਪਨੋ ਗ ਜਾਂਦੀ ਆ ਉਹਨਾਂ ਦੀ ਕੋਈ ਉਹ ਉਹਨਾਂ ਦੀ ਕੋਈ ਇਨਵੈਂਟਰੀ ਬਣਾਈ ਜਾਂਦੀ ਹੈ ਉਹ ਹਥਿਆਰ ਲਿਸਟੋਂ ਕੱਢੇ ਜਾਂਦੇ ਨੇ ਜਾਂ ਜਿਹੜੇ ਇਹਨਾਂ ਸਾਲਾਂ 'ਚ ਹੋਰ ਨਵੇਂ ਖਰੀਦੇ ਗਏ ਕਿ ਉਹ ਐਡ ਕੀਤੇ ਜਾਂਦੇ ਆ ਇਹ ਬਹੁਤ ਗੰਭੀਰ ਸਵਾਲ ਹੈ ਅਗਰ ਅੱਜ ਇੱਕ ਇਨਸਪੈਕਟਰ ਦੇ ਕਬਜ਼ੇ 'ਚੋਂ ਛੁਪਾਈ ਹੋਈ AK-56 ਮਿਲ ਸਕਦੀ ਆ ਇਹੋ ਜਿਹੇ ਕਿੰਨੇ ਹਥਿਆਰ ਇਹਨਾਂ ਪੁਲਿਸ ਵਾਲੇ ਦੇ ਹੱਥ 'ਚ ਹੋਣਗੇ ਜਿਨ੍ਹਾਂ ਦੀ ਕਿਤੇ ਕੋਈ ਗਲਤੀ ਮਿਲਤੀ ਨਹੀਂ ਆ। ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਥਾਣੇ ਦਾ ਮੁੰਡਾ ਸੀ। ਉਹਨੇ ਥਾਣੇ ਤੇ ਸੀਜ਼ ਕੀਤੇ ਉਹ ਹਥਿਆਰ, ਪੜੇ ਉਹ ਹਥਿਆਰ ਜਾ। ਜਿਨ੍ਹਾਂ ਲੋਕਾਂ ਨੇ ਲਾਇਸੈਂਸ ਵੈਪਨਸ ਨੂੰ ਜਮ੍ਹਾਂ ਕਰਵਾਇਆ ਸੀ, ਕੀਤੇ ਬਾਹਰ ਜਾ ਰਹੇ ਆ। ਆਪਣੀ ਵੈਪਨ ਜਮ੍ਹਾਂ ਕਰਵਾਈ ਸੀ, ਸੇਫਟੀ ਲਈ ਉਹ ਪ੍ਰਾਈਵੇਟ ਲੋਕਾਂ ਨੂੰ ਵੇਚ ਦਿੱਤੇ। 30-30 40-40 50-50 ਹਜ਼ਾਰ ਤੋਂ। ਉਸੇ ਤਰ੍ਹਾਂ ਮਾਨਸਾ ਦੇ CIAE ਇਨਚਾਰ ਪ੍ਰਿਤਪਾਲ ਸਿੰਘ ਜਿਨੇ ਉਦੀ ਦੇ ਕਾ આરોપી ਨੂੰ ਮੁਨੇ ਭਜਾਇਆ ਉਹਦੇ ਘਰੋਂ ਤਿੰਨ ਵੈਪਨ ਮਿਲੇ ਸੀ ਪੁਲਿਸ ਵਾਲਿਆਂ ਕੋਲੇ ਇਹਨੇ ਹਥਿਆਰ ਕਿੱਥੋਂ ਆ ਜਾਂਦੇ ਉਹ ਪੂਰੇ ਇਨਫੀਡੈਂਟਿਕ ਕੈਪਸਾਈਟੀ ਬਣੀ ਸੀ ਲੇਕਿਨ ਐਸਆਈਟੀ ਦੀ ਐਸਆਈਟੀ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਕੋਈ ਉਹਨਾਂ ਹਥਿਆਰਾਂ ਦਾ ਜ਼ਿਕਰ ਨਹੀਂ ਕਰਦਾ ਕੋਈ ਉਹ ਤਾਰੂ ਪੀਰੇ ਸਿੱਧੂ ਮੂਸੇ ਵਾਲਾ ਕੇਸ ਦੇ ਰੂਪੀ ਤੇ ਭੱਜਣ ਦੀ ਗੱਲ ਨਹੀਂ ਕਰਦਾ। ਪ੍ਰਿਤਪਾਲ ਸਿੰਘ ਨੂੰ ਇੰਨੀ ਖੁੱਲੀ ਛੁੱਟੀ ਇੰਨੀ ਲੰਬੀ ਰੱਤੀ ਲੌਂਗ ਰੋਪ ਕਿਨੇ ਦਿੱਤੀ ਉਹਦੀ ਕੋਈ ਗੱਲ ਨਹੀਂ ਕਰਦਾ। ਇਹ ਬਹੁਤ ਮਾੜਾ ਟ੍ਰੈਂਡ ਆ। ਅਸੀਂ ਹਰ ਚੀਜ਼ ਨੂੰ ਪੀੜੀ ਦੇ ਥੱਲੇ ਮੱਝੇ ਥੱਲੇ ਲਕਾਉਣ ਦੀ ਕੋਸ਼ਿਸ਼ ਕਰਦੇ ਆ ਅੰਡਰ ਦਾ ਕਾਰਪੈਟ। ਜਦਕਿ ਇਹੋ ਜਿਹਾਂ ਹਰਕਤਾਂ ਤੇ ਬਹੁਤ ਗੰਭੀਰ ਰੂਪਨਾ ਜਾਂਚ ਨਹੀਂ ਚਾਹੀਦੀ ਕਿਉਂਕਿ ਪੰਜਾਬ ਨਾ ਮਾਹੌਲ ਦਿੱਕਿਆ ਨਾ ਖਰਾਬ ਹੋ ਰਿਹਾ ਹਥਿਆਰਾਂ ਤੇ ਅੰਕੂਸ਼ ਲਾਉਣਾ ਬਹੁਤ ਜ਼ਰੂਰੀ ਹੈ ਇਲੀਗਲ ਹਥਿਆਰਾਂ ਤੇ ਖਾਸ ਤੌਰ ਤੇ ਤੁਸੀਂ ਲਾਇਸੈਂਸ ਹੋਲਡਰ ਤੇ ਤਾਂ ਪਾਬੰਦੀਆਂ ਲਾ ਰਹੇ ਹੋ ਚੈਕਿੰਗ ਕਰ ਰਹੇ ਹੋ ਹਥਿਆਰ ਕਿਦਾ ਕਿੱਥੋਂ ਲਿਆ ਕੀ ਇਨਕੁਆਰੀਆਂ ਚੱਲ ਰਹੀਆਂ ਲੇਕਿਨ ਜੋ ਪੁਲਿਸ ਵਾਲਿਆਂ ਦੇ ਹੱਥ ਤੇ ਇਲੀਗਲ ਹਥਿਆਰ ਨੇ ਉਹਨਾਂ ਦੀ ਚੈਕਿੰਗ ਕੌਣ ਕਰੂਗਾ ਇਹ ਬਹੁਤ ਵੱਡਾ ਸਵਾਲ ਹੈ ਤੋ ਦੋਸਤੋ ਕੱਲ੍ਹ ਇਸੇ ਕਿਸਮ ਦੇ ਹੋਰ ਕਿੱਥੇ ਕਹਾਣੀਆਂ ਲੈ ਕੇ ਫਿਰ ਤੁਹਾਡੇ ਕੇ ਸਾਹ ਰੋਵਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ